ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪਹਿਲਾ ਪੇਸ਼ ਨੇ ਚੌਣਵੀਆਂ ਖਬਰਾਂ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਭਾਰਤ ਕਿਸੇ ਵੀ ਮੁਲਕ ਨਾਲ ਫੌਜੀ ਮਸ਼ਕਾ ਕਰਨ ਲਈ ਆਜ਼ਾਦ ਕੇਂਦਰੀ ਮੰਤਰੀ ਜੀ ਕਿਸ਼ਨ ਰਾਡੀ ਨੇ ਉੱਤਰ ਪੂਰਵੀ ਖੇਤਰ ਵਿੱਚ ਜੀਐਸਟੀ ਮੀਟਿੰਗਾਂ ਸੰਬੰਧੀ ਕੀਤੀ ਜਾਇਜ਼ਾ ਮੀਟਿੰਗ ਜੀਐਸਟੀ ਮੰਡਲੀ ਇਹਦੀ ਨਵੰਬਰ ਮਹੀਨੇ ਦੌਰਾਨ ਹੋਈ ਉਗਰਾਹੀ ਵਿੱਚ 11% ਵਾਧਾ ਦਰਜ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਮਗਰੋਂ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ ਤੇ ਹੁਣ ਖਬਰਾਂ ਵਿਸਤਾਰ ਨਾਲ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਮੂਲਕ ਨਾਲ ਫੌਜੀ ਮਸ਼ਕਾ ਕਰਨ ਲਈ ਆਜ਼ਾਦ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਖੀ ਨੇ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਵਿਚਾਲੇ ਜੰਗੀ ਮਸ਼ਕਾ ਨੂੰ ਲੈ ਕੇ ਚੀਨ ਵੱਲੋਂ ਦਿੱਤੇ ਗਏ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਮਸ਼ਕਾਂ ਦਾ 1993 ਅਤੇ 1996 ਦੇ ਸਮਝੌਤਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਾਕੀ ਨੇ ਕਿਹਾ ਕਿ ਚੀਨ ਨੂੰ ਇਹਨਾਂ ਸਮਝੌਤਿਆਂ ਦੀ ਉਲੰਘਣਾ ਸਬੰਧੀ ਦਿੱਤੇ ਗਏ ਬਿਆਨ ਦੀ ਪਰਚੋਲ ਕਰਨੀ ਚਾਹੀਦੀ ਹੈ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਜੀ 20 ਬੈਠਕਾਂ ਸੰਬੰਧੀ ਉੱਤਰ ਪੂਰਬ ਖੇਤਰ ਵਿਕਾਸ ਸੈਰਸਪਾਟਾ ਤੇ ਸੱਭਿਆਚਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਨਵੀਂ ਦਿੱਲੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਵੱਲੋਂ ਅਗਲੇ ਬਰੇ ਜਨਵਰੀ ਤੋਂ ਉੱਤਰ ਪੂਰਬ ਸੂਬਿਆਂ ਵਿੱਚ ਜੀ 20 ਸੰਬੰਧੀ ਸ਼ੁਰੂ ਹੋਣ ਵਾਲੀਆਂ ਸਿਲਸਿਲੇਵਾਰ ਬੈਠਕਾਂ ਦੀਆਂ ਤਿਆਰੀਆਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਪੱਧਰ ਤੇ ਜੀ 20 ਬੈਠਕਾਂ ਨੂੰ ਲੈ ਕੇ ਠੋਕਵੇਂ ਪ੍ਰਬੰਧ ਕੀਤੇ ਗਏ ਨੇ। ਉਨ੍ਹਾਂ ਉਮੀਦ ਜਤਾਈ ਕਿ ਖੇਤੇ ਦੀ ਕੁਦਰਤੀ ਸੁੰਦਰਤਾ ਨੂੰ ਦੁਨੀਆ ਸਾਹਮਣੇ ਲਿਆਵੇਗਾ ਉੱਤਰ ਪੂਰਬ ਖੇਤਰ ਦੇ ਵੱਖ-ਵੱਖ ਸੂਬਿਆਂ ਵਿੱਚ ਅਗਲੇ ਬਰੇ ਜਨਵਰੀ ਮਹੀਨੇ ਤੋਂ ਜੀ20 ਸਮੂਹ ਦੀਆਂ 11 ਮੀਟਿੰਗਾਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਵਿੱਚੋਂ 4 ਮੀਟਿੰਗਾਂ ਗੁਹਾਟੀ ਵਿੱਚ ਹੋਣਗੀਆਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਨਾ ਰੋਕੀਆਂ ਜਾਣ ਵਾਲੀਆਂ ਕੁਦਰਤੀ ਆਫਤਾ ਨਾਲ ਹੋਏ ਫਸਲੀ ਨੁਕਸਾਨ ਨੂੰ ਬੀਮਾ ਕਵਰ ਮੁਹੱਈਆ ਕਰਵਾਇਆ ਜਾਵੇਗਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫਸਲ ਬੀਮਾ ਯੋਜਨਾ ਹੈ ਅਤੇ ਆਉਂਦੇ ਸਾਲਾਂ ਵਿੱਚ ਇਹ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਬਣ ਕੇ ਉੱਭਰਨ ਦੀ ਸਮਰੱਥਾ ਰੱਖਦੀ ਹੈ ਇਸ ਯੋਜਨਾ ਨਾਲ ਹਰੇਕ ਬਰੇ 5 ਕਰੋੜ ਤੋਂ ਵੱਧ ਕਿਸਾਨ ਜੁੜਨ ਲਈ ਅਰਜ਼ੀਆਂ ਦਿੰਦੇ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧੇਰੇ ਕਿਸਾਨਾਂ ਨੂੰ ਇਸ ਯੋਜਨਾ ਨਾਲ ਜੋੜਿਆ ਗਿਆ ਹੈ ਪਿਛਲੇ 6 ਸਾਲਾਂ ਵਿੱਚ ਫਸਲ ਬੀਮਾ ਯੋਜਨਾ ਦੇ ਤਹਿਤ ਸਰਕਾਰ ਵੱਲੋਂ 25000 ਕਰੋੜ ਰੁਪਏ ਦੀ ਅਦਾਇਗੀ ਪ੍ਰੀਮੀਅਮ ਵੱਜੋਂ ਕੀਤੀ ਗਈ ਹੈ ਜਦ ਤੱਕ ਅਕਤੂਬਰ ਮਹੀਨੇ ਤੱਕ ਕਿਸਾਨਾਂ ਵੱਲੋਂ ਪੇਸ਼ ਕੀਤੇ ਗਏ ਦਾਅਵਿਆਂ ਦੇ ਤਹਿਤ 125000 ਕਰੋੜ ਰੁਪਏ ਅਦਾ ਕੀਤੇ ਗਏ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲ ਬੀਮੇ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਨੂੰ ਖਾਰਜ ਕੀਤਾ ਬੀਤੇ ਨਵੰਬਰ ਮਹੀਨੇ ਵਿੱਚ ਜੀਐਸਟੀ ਮੰਾਲੀਆ ਦੀ 145000 ਕਰੋੜ ਰੁਪਏ ਤੋਂ ਵੱਧ ਦੀ ਉਗਰਾਹੀ ਕੀਤੀ ਗਈ ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਲਗਾਤਾਰ ਨੌਵਾਂ ਮਹੀਨਾ ਹੈ ਜਦੋਂ GST ਦੀ ਮਹੀਨਾਵਾਰ ਮਾਲੀਆ ਉਗराई 1.40 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋਈ ਹੈ ਮੰਤਰਾਲੇ ਮੁਤਾਬਕ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ 1.31 ਹਜ਼ਾਰ ਕਰੋੜ ਰੁਪਏ ਦੀ ਉਗराई ਹੋਈ ਸੀ ਅਤੇ ਇਸ ਸਾਲ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਮੰਤralੇ ਨੇ ਦੱਸਿਆ ਕਿ ਨਵੰਬਰ ਵਿੱਚ ਕੇਂਦਰੀ ਵਸਤੂ ਤੇ ਸੇਵਾ ਕਰਦੇ ਰੂਪ ਵਿੱਚ ਕੁੱਲ 25681 ਕਰੋੜ ਰੁਪਏ ਤੇ ਸੂਬਾਈ ਵਸਤੂ ਤੇ ਸੇਵਾ ਕਰਦੇ ਰੂਪ ਵਿੱਚ 32655 ਕਰੋੜ ਰੁਪਏ ਦੀ ਉਗਰਾਹੀ ਹੋਈ। ਏਕੀਕ੍ਰਿਤ ਵਸਤੂ ਤੇ ਸੇਵਾ ਕਰਦੇ ਰੂਪ ਵਿੱਚ 77000 ਕਰੋੜ ਰੁਪਏ ਤੋਂ ਵੱਧ ਅਤੇ ਉਪਕਰ ਦੇ ਰੂਪ ਵਿੱਚ 10000 ਕਰੋੜ ਰੁਪਏ ਤੋਂ ਵਧੇਰੇ ਉਗਰਾਹੀ ਕੀਤੀ ਗਈ। ਕੇਂਦਰ ਨੇ ਬੀਤੇ ਮਹੀਨੇ ਵਿੱਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀਐਸਟੀ ਘਾਟੇ ਦੇ ਰੂਪ ਵਿੱਚ 17000 ਕਰੋੜ ਰੁਪਏ ਜਾਰੀ ਕੀਤੇ। ਕੇਂਦਰ ਨੇ ਐਫਐਮ ਰੇਡੀਓ ਚੈਨਲਾਂ ਨੂੰ ਨਸ਼ੀਲੇ ਪਦਾਰਥਾਂ ਹਥਿਆਰਾਂ ਗੈਂਗਸਟਰਾਂ ਤੇ ਬੰਦੂਕਾਂ ਦਾ ਪ੍ਰਚਾਰ ਕਰਨ ਵਾਲੇ ਪ੍ਰੋਗਰਾਮਾਂ ਦਾ ਪ੍ਰਸਾਰਣ ਬੰਦ ਕਰਨ ਦਾ مشਵਰਾ ਦਿੱਤਾ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਗੀਤ ਜਾਂ ਸਮੱਗਰੀ ਜਿਨ੍ਹਾਂ ਵਿੱਚ ਨਸ਼ੇ ਅਤੇ ਗਨ ਕਲਚਰ ਨਾਲ ਸੰਬੰਧਿਤ ਸੰਗੀਤਕ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਪ੍ਰੋਗਰਾਮ ਅਚਾਰ ਸਹਿਤਾ ਦੀ ਉਲੰਘਣਾ ਹੈ ਇਹ ਵੀ ਕਿਹਾ ਗਿਆ ਹੈ ਕਿ ਪ੍ਰਵਾਨਗੀ ਸਮਝੌਤੇ ਵਿੱਚ ਇਹ ਵਿਵਸਥਾ ਹੈ ਕਿ ਮਨਜ਼ੂਰੀ ਪ੍ਰਾਪਤ ਕਰਨ ਵਾਲਿਆਂ ਨੂੰ ਆਕਾਸ਼ਵਾਣੀ ਵੱਲੋਂ ਕੀਤੀ ਜਾ ਰਹੀ ਪਾਲਣਾ ਨੂੰ ਮੰਨਣਾ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਤੇ ਮਨਜ਼ੂਰੀ ਸਮਝੌਤੇ ਵਿੱਚ ਦਿੱਤੇ ਗਏ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਡਵਾਈਜ਼ਰੀ ਮੁਤਾਬਕ ਇਹ ਸਮਗਰੀ ਘਾਟੂਮਰ ਦੇ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਹੈ ਤੇ ਇਸ ਨਾਲ ਗੈਂਗਸਟਰ ਕਲਚਰ ਨੂੰ ਹੱਲਾਸ਼ੇਰੀ ਮਿਲਦੀ ਹੈ ਕੇਂਦਰ ਸਰਕਾਰ ਦੇ ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਨੇ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਮੰਤਵ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਡਿਜੀਟਲ ਰੂਪ ਵਿੱਚ ਜਮਾ ਕਰਵਾਉਣ ਲਈ ਚਿਹਰਾ ਪ੍ਰਮਾਣਿਕਤਾ ਤਕਨੀਕ ਰਾਹੀਂ ਪਾਰਦਰਸ਼ਤਾ ਅਤੇ ਵਰਤੋਂ ਨੂੰ ਵਧਾਉਣਾ ਹੈ। ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਪੈਨਸ਼ਨਰਸ ਜਥੇਬੰਦੀਆਂ, ਪੈਨਸ਼ਨ ਵੰਡਣ ਵਾਲੀਆਂ ਬੈਂਕਾਂ, ਕੇਂਦਰੀ ਮੰਤਰਾਲੇ ਅਤੇ ਹੋਰ ਸਬੰਧਤ ਅਧਿਕਾਰੀਆਂ ਇਕਾਈ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਤੇ ਇਸ ਨਾਲ ਸਬੰਧਤ ਡਿਜੀਟਲ ਤਕਨੀਕ ਬਾਰੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਕਰਨ ਗਿਆ ਕੇਂਦਰ ਸਰਕਾਰ ਦੇ 30 ਲੱਖ 34 ਹਜ਼ਾਰ ਤੋਂ ਵੱਧ ਪੈਨਸ਼ਨਰਾਂ ਵੱਲੋਂ ਸਫਲਤਾਪੂਰਨ ਡੀ ਐਲ ਸੀ ਦੀ ਵਰਤੋਂ ਕੀਤੀ ਗਈ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪਹਿਲਾ ਗੇੜ ਕੱਲ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ। ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ 60 ਫੀਸਦੀ ਪੋਲਿੰਗ ਦਰਜ ਕੀਤੀ ਗਈ। ਪਹਿਲੇ ਗੇੜ ਤਹਿਤ ਸੋਰਾਸਟਰ ਕਾਛ ਤੇ ਦੱਖਣੀ ਗੁਜਰਾਤ ਦੀਆਂ 99 ਸੀਟਾਂ ਤੇ ਕੱਲ ਵੋਟਾਂ ਪੁਆਈਆਂ ਗਈਆਂ। ਇਹਨਾਂ ਸੀਟਾਂ ਦੇ 788 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਿਨ੍ਹਾਂ ਦੀ ਕਿਸਮਤ EVM ਵਿੱਚ ਬੰਦ ਹੋ ਗਈ ਏ। ਸੂਬੇ ਵਿੱਚ ਦੂਜੇ ਅਤੇ ਆਖਰੀ ਗੇਟ ਤਹਿਤ ਕਰਵਾਈਆਂ ਜਾਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੀਆਂ ਨੇ। ਸੂਬੇ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਅਹਮਦਾਬਾਦ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਜੋ ਨਰੋਦਾ ਗਾਮ ਤੋਂ ਸ਼ੁਰੂ ਹੋ ਕੇ 13 ਵਿਧਾਨ ਸਭਾ ਹਲਕਿਆਂ ਨੂੰ ਛੂੰਦਾ ਹੋਇਆ ਸਾਬਰਮਤੀ ਪਹੁੰਚ ਕੇ ਸਮਾਪਤ ਹੋਇਆ। ਬੀਜੇਪੀ ਦੇ ਆਗੂ ਅਮਿਤ ਸ਼ਾਹ ਨੇ ਵੀਜ਼ਾਪੁਰ ਅਤੇ ਕਲੋਲ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕਾਂਗਰਸੀ ਆਗੂਆਂ ਮਲਕਾਰਜਨ ਖੜਕੇ, ਸਚਿਨ ਪਾਇਲਟ, ਕਨਈਆ ਕੁਮਾਰ ਅਤੇ ਅਸ਼ੋਕ ਐਲੋਸਣੇ ਹੋਰਨਾ ਕਈ ਆਗੂਆਂ ਨੇ ਚੋਣ ਰੈਲੀਆਂ ਤੇ ਜਨਤਕ ਮੀਟਿੰਗਾਂ ਕੀਤੀਆਂ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਆਗੂ ਰਾਗਵ ਜੱਡਾ, ਭਗਵੰਤ ਮਾਨ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਵੱਖ-ਵੱਖ ਥਾਂ 'ਤੇ ਚੋਣ ਰੈਲੀਆਂ ਤੇ ਰੋਡ ਸ਼ੋਅ ਕੀਤੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨੁਜ ਚੁਗਨੇ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰੀ ਯੋਜਨਾਵਾਂ ਦੇ ਫੰਡਾਂ ਦਾ ਪੂਰਨ ਉਪਯੋਗ ਕਰਨ ਵਿੱਚ ਆਸਫਲ ਰਹੀ ਹੈ। ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਤਰਨੁਜ ਚੁਗਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਰਕਮ ਲਾਪਾਤਰੀਆਂ ਤੱਕ ਨਾ ਪਹੁੰਚਾਉਣ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਨਰੇਗਾ ਯੋਜਨਾ ਤਹਿਤ ਪੰਜਾਬ ਨੂੰ ਅਲਾਟ ਹੋਏ ਫੰਡਾਂ ਦਾ ਉਪਯੋਗ ਨਾ ਹੋਣ ਨਾਲ ਸਰਕਾਰ ਦੇ ਮਾੜੇ ਪ੍ਰਬੰਧ ਦਾ ਪਤਾ ਲੱਗਦਾ ਹੈ। ਚੁਗਨੇ ਕਿਹਾ ਕਿ ਆਮ ਸਰਕਾਰ ਨੇ ਪਹਿਲੇ 8 ਮਹੀਨਿਆਂ ਵਿੱਚ ਮਨਰੇਗਾ ਦੇ ਤਹਿਤ ਕੇਵਲ 19% ਕੰਮ ਹੀ ਪੂਰਾ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਲੋੜੀ ਇਸ਼ਤਿਹਾਰਬਾਜ਼ੀ ਦੀ ਵੀ ਨਿੰਦਾ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੂਜੇ ਸੂਬਿਆਂ ਵਿੱਚ ਪੰਜਾਬ ਦੇ ਪੈਸੇ ਦਾ ਦੁਰਉਪਯੋਗ ਰੋਕਣ ਲਈ ਭਾਜਪਾ ਕਾਨੂੰਨੀ ਪਹਿਲੂਆਂ ਤੇ ਵਿਚਾਰ ਕਰ ਰਹੀ ਹੈ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਥਾਣਾ ਚਹਾਟਾ ਦੇ ਅਧੀਨ ਪੈਂਦੇ ਇਲਾਕੇ ਨਰਾਇਣਗੜ੍ਹ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਤਰਨਤਨ ਦੇ ਰੋਬਿੰਨ ਅਤੇ ਰਵੀ ਵਜੂ ਹੋਈ ਹੈ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਲੁਕੇ ਹੋਏ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਪੁਲਿਸ ਮੁਤਾਬਕ ਫੜੇ ਗਏ ਗੈਂਗਸਟਰਾਂ ਕੋ ਕੋਮੀ ਡੋਪਿੰਗ ਰੋਕਥਾਮ ਏਜੰਸੀ ਨਾਡਾ ਅੱਜ ਦਿਵਿਆਂਗ ਐਥਲੀਟਾਂ ਵਿੱਚ ਜਾਗਰੂਤਾ ਵਧਾਉਣ ਲਈ ਇੱਕ ਸਮਾਵੇਸ਼ੀ ਸੰਮੇਲਨ ਕਰ ਰਹੀ ਹੈ ਜਿਸ ਵਿੱਚ ਐਂਟੀ ਡੋਪਿੰਗ ਸਿੱਖਿਆ ਅਤੇ ਦਿਵਿਆਂਗ ਐਥਲੀਟਾਂ ਨਾਲ ਸੰਬੰਧਿਤ ਪ੍ਰਕਿਰਿਆਵਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਖੇਡ ਵਿਭਾਗ ਦੇ ਸਖਤਰ ਸੁਜਾਤਾ ਚਤੁਰਵੇਦੀ ਸਹੀ ਉਤਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਸ਼ੌਂਬੀ ਸ਼ਾਰਪਤੇ ਵਾਡਾ ਏਸ਼ੀਆ ਓਸ਼ੇਨੀਆ ਖੇਤਰੀ ਦਫ਼ਤਰ ਦੇ ਮੈਨੇਜਰ ਕੈਨੇਲੀ ਕਨਕਲੇਵ ਨੂੰ ਸੰਬੋਧਨ ਕਰਨਗੇ ਇਸ ਦੌਰਾਨ ਦਿਵਿਆਂਗ ਐਥਲੀਟਾਂ ਨੂੰ ਜਾਗਰੂਤਾ ਸਮੱਗਰੀ ਪ੍ਰਿੰਟਡ ਬ੍ਰੇਲ ਅਤੇ ਆਡੀਓ ਫਾਰਮੈਟ ਵਿੱਚ ਪਲੰਟ ਕਰਵਾਈ ਜਾਵੇਗੀ। ਕਤਰ ਵਿੱਚ ਖੇਡੇ ਜਾ ਰਹੇ FIFA ਫੁੱਟਬਾਲ ਵਿਸ਼ਵ ਕੱਪ ਦੇ ਕੱਲ ਬੈਲਜੀਅਮ ਨਾਲ ਖੇਡੇ ਕੇ ਗਰੁੱਪ F ਦੇ ਇੱਕ ਮੁਕਾਬਲੇ ਦੇ ਡਰਾਅ ਰਹਿਣ ਦੇ ਬਾਵਜੂਦ ਕਰੋਸ਼ੀਆ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਪਿਛਲੇ ਵਿਸ਼ਵ ਕੱਪ ਦੀ ਉਪਜੇਤੂ ਕਰੋਸ਼ੀਆ ਨੇ ਦੁਨੀਆ ਦੇ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੂੰ ਬਾਹਰ ਦਾ ਰਸਤਾ ਦਿਖਾਇਆ। ਗਰੁੱਪ F ਦੇ ਇੱਕ ਹੋਰ ਮੈਚ ਵਿੱਚ ਕੈਨੇਡਾ ਨੇ ਦੋ ਇੱਕ ਗੋਲਾਂ ਦੇ ਫਰਕ ਨਾਲ ਹਰਾ ਕੇ ਮਰੋਕੋ 36 ਸਾਲ ਬਾਅਦ ਨੌਕਾਊਟ ਗੇੜ ਵਿੱਚ ਪਹੁੰਚਿਆ ਵਿਸ਼ਵ ਕੱਪ ਦੇ ਇੱਕ ਹੋਰ ਮੈਚ ਵਿੱਚ ਸਾウਦੀ ਅਰਬ ਨੂੰ ਦੋ ਇੱਕ ਗੋਲਾਂ ਦੇ ਫਰਕ ਨਾਲ ਹਰਾਉਣ ਦੇ ਬਾਵਜੂਦ ਮੈਕਸੀਕੋ ਨੌਕਾਊਟ ਗੇੜ ਲਈ ਦਾਖਲਾ ਨਹੀਂ ਲੈ ਸਕਿਆ ਅਰਜنٹੀਨਾ ਵੱਲੋਂ ਪੋਲੈਂਡ ਨੂੰ 2-0 ਦੇ ਫਰਕ ਨਾਲ ਹਰਾਏ ਜਾਣ ਕਾਰਨ ਨੌਕਾਊਟ ਵਿੱਚ ਪਹੁੰਚਣ ਦਾ ਫੈਸਲਾ ਗੋਲ ਅੰਤਰ ਰਾਹੀਂ ਕੀਤਾ ਗਿਆ ਨੌਕਾਊਟ ਗੇੜ ਲਈ ਹੁਣ ਤੱਕ 12 ਟੀਮਾਂ ਨੇ ਦਾਖਲਾ ਲਿਆ ਹੈ ਨੌਕਾਊਟ ਮੁਕਾਬਲੇ ਪਲਕੇ ਸ਼ੁਰੂ ਹੋਣਗੇ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਗਰੁੱਪ ਐਚ ਦੇ ਪਹਿਲੇ ਮੁਕਾਬਲੇ ਵਿੱਚ ਦੱਖਣ ਕੋਰੀਆ ਤੇ ਪੁਰਤਗਾਲ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਜਦਕਿ ਦੂਜੇ ਮੈਚ ਵਿੱਚ ਘਾਨਾ ਅਤੇ ਉਰੂਗਵੇ ਦੀਆਂ ਟੀਮਾਂ ਵਿੜਨਗੀਆਂ ਖਬਰਾਂ ਦਾ ਬੁਲੇਟਿਨ ਸਾਡੇ ਦਰਸ਼ਕਾਂ ਆ ਰਹੇ ਨੇ ਜੀ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੋਂ ਵੀ ਦੇਖ ਸਕਦੇ ਨੇ ਬੁਲੇਟਿਨ ਦੇ ਅਖੀਰ ਵਿੱਚ 9ਵੀਂ ਖਬਰਾਂ ਇੱਕ ਵਾਰ ਫਿਰ ਤੋਂ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਭਾਰਤ ਕਿਸੇ ਵੀ ਮੂਲਕ ਨਾਲ ਫੌਜੀ ਮਸ਼ਕਾਂ ਕਰਨ ਲਈ ਆਜ਼ਾਦ ਹੈ ਕੇਂਦਰੀ ਮੰਤਰੀ ਜੀ ਕਿਸ਼ਨ ਰਾਡੀ ਨੇ ਉੱਤਰਪੂਰਵੀ ਖੇਤਰ ਵਿੱਚ G20 ਬੈਠਕਾਂ ਸੰਬੰਧੀ ਇੱਕ ਜਾਇਜ਼ਾ ਮੀਟਿੰਗ। ਡੀਐਸਟੀ ਮਾਲੀਏ ਦੀ ਨਵੰਬਰ ਮਹੀਨੇ ਦੌਰਾਨ ਹੋਈ ਉਗਰਾਹੀ ਵਿੱਚ 11% ਵਾਧਾ ਦਰਜ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਮਗਰੋਂ ਦੋ ਗੈਂਗਸਟਰਾਂ ਨੂੰ ਕੀਤਾ ਤਬੂ। ਤੇਸ ਦੇ ਨਾਲ ਹੀ ਕਪਰਾਂ ਦਾ ਐਬਲਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ